ਮਤਲਬ ਫੈਨਸ ਨੂੰ ਵੀ ਪਤਾ ਹੈ ਕਿ ਪ੍ਰੀਤ ਹੁੰਦਲ ਤੁਹਾਡੀ ਲਾਈਫ ਦੇ ਵਿੱਚ ਕਿੰਨੇ ਇੰਪੋਰਟੈਂਸ ਨੇ, ਕਿੰਨਾ ਮਤਲਬ ਉਹਨਾਂ ਨੇ ਤੁਹਾਡਾ ਹੀ ਨਾਮ ਰੱਖਿਆ ਏ ਕੇ, ਹਨਾ। ਸੋ ਜੇ ਤੁਹਾਡੇ ਅਸੀਂ ਜਾਣਨਾ ਚਾਹੀਏ ਪਹਿਲੀ ਪ੍ਰੀਤ ਗੱਲ ਤਾਂ ਮੈਂ ਹੁੰਦਲ, ਕਹਿਣਾ ਚਾਹੂੰਗਾ ਥੈਂਕ ਯੂ ਸੋ ਮਚ ਕਿ ਤੁਹਾਨੂੰ ਆਲਰੇਡੀ ਇਹ ਚੀਜ਼ ਦਾ ਹੋਮਵਰਕ ਹੈਗਾ, ਕਿਉਂਕਿ ਹਰ ਇੰਟਰਵਿਊ ਤੋਂ ਮੈਂ ਬੋਲ ਬੋਲ ਕੇ ਥੱਕ ਚੁੱਕਿਆ ਹੈ ਕਿ ਉਹ ਪਹਿਲਾ ਕੁਐਸਚਨ ਇਹ ਹੁੰਦਾ ਕਿ ਇਹ ਕਿ ਨਾਮ ਕਿੱਦਾਂ ਪਿਆ। ਨਹੀਂ, ਉਹ ਸਾਨੂੰ ਪਤਾ ਹੈ ਕਿ ਇਹ ਪ੍ਰੀਤ ਹੁੰਦਲ ਜੀ ਨੇ। ਰੀਲੀ ਅਪਰੀਸ਼ੀਏਟ ਦੈਟ, ਥੈਂਕ ਯੂ। ਹਾਂਜੀ, ਸੋ ਪ੍ਰੀਤ ਹੁੰਦਲ ਜੀ ਨੇ ਮਤਲਬ ਏ ਕੇ ਨਾਮ ਰੱਖਿਆ, ਮਤਲਬ ਬਹੁਤ ਵੱਡਾ ਰੋਲ ਹੈ ਉਹਨਾਂ ਦੀ ਤੁਹਾਡੀ ਲਾਈਫ ਦੇ ਵਿੱਚ। ਜੇ ਹੁਣ ਮੈਂ ਇਹ ਕੁਐਸਚਨ ਜ਼ਰੂਰ ਪੁੱਛਣਾ ਚਾਹਾਂਗੀ ਕਿ ਪ੍ਰੀਤ ਹੁੰਦਲ ਹੁਣ ਤੁਹਾਡੇ, ਹੁਣ ਕੀ ਪਹਿਲਾਂ ਵੀ, ਕਿੰਨੀ ਇੰਪੋਰਟੈਂਸ ਹਜੇ ਵੀ ਹੈ, ਕੀ ਸੋਚਦੇ ਹੋ ਕਿ ਕਿੰਨਾ ਮਤਲਬ ਪ੍ਰਾਇਓਰਿਟੀ ਦੇ ਵਿੱਚ ਆਉਂਦੇ ਨੇ ਪ੍ਰੀਤ ਹੁੰਦਲ ਤੁਹਾਡੀ ਲਾਈਫ ਦੇ ਵਿੱਚ? ਆਲਵੇਜ਼ ਪ੍ਰਾਇਓਰਿਟੀ ਤੇ ਨੇ, ਇੱਕ ਤਰ੍ਹਾਂ ਕਹਿ ਲਓ ਗੁਰੂ ਹੀ ਨੇ। ਹਾਂਜੀ, ਸੋ ਇਸ 'ਚ ਕੋਈ ਦੁਰਾਏ ਨਹੀਂ, ਕੋਈ ਸ਼ੱਕ ਨਹੀਂ ਹੈਗਾ ਜੀ। ਤੇ ਆਈ ਆਲਸੋ ਵਾਂਟ ਟੂ ਸੀ ਹਿਮ ਡੂ ਗੁੱਡ ਜੀ ਇਨ ਹਿਸ ਲਾਈਫ ਐਂਡ ਇਜ਼ ਆਲਰੇਡੀ ਡੂਇੰਗ ਦੈਟ ਜੀ, ਤੇ ਲੱਗੇ ਹੋਏ ਨੇ ਕੰਮ ਕਰਨ, ਤੇ ਮੈਂ ਇਹ ਹੋਪ ਕਰਦਾ ਕਿ ਇਸ ਤਰ੍ਹਾਂ ਹੀ ਲੱਗੇ ਰਹਿਣ ਤੇ ਪਰਮਾਤਮਾ ਉਹਨਾਂ ਨੂੰ ਵੀ ਤਰੱਕੀ ਦੇ ਜੀ। ਸ਼ੁਰੂਆਤੀ ਦੌਰ ਤੇ ਤੁਹਾਡਾ ਇੱਕ ਪੂਰਾ ਮਤਲਬ ਕਹਿੰਦੇ ਆ ਗਰੁੱਪ ਵੀ ਸੀਗਾ ਨਾ, ਇੱਕ ਸੁਖੀ ਜੀ ਦੇ ਨਾਲ, ਕੀ ਕਹਿੰਦੇ ਆ ਪ੍ਰੀਤ ਹੁੰਦਲ ਸਾਰੇ ਸੀਗੇ। ਸੋ ਵਟ ਹੈਪਨਡ ਐਗਜੈਕਟਲੀ, ਕਿਉਂਕਿ ਅਸੀਂ ਸੁਖੀ ਜੀ ਤੋਂ ਵੀ ਪੁੱਛਿਆ ਸੀਗਾ, ਕਹਿੰਦੇ ਕਿ ਕੁਛ ਮਤਲਬ ਇਸ਼ੂਜ਼ ਜੋ ਵੀ ਨੇ ਅੱਗੇ ਸਰਕਮਸਟਾਂਸਿਸ ਇੱਦਾਂ ਦੇ ਬਣ ਜਾਂਦੇ ਨੇ, ਐਕਚੁਅਲ ਦੇ ਵਿੱਚ ਕੀ ਸੀਗਾ ਕਿ ਤੁਹਾਡਾ ਇੰਨਾ ਸੋਹਣਾ ਇੰਨਾ ਵਧੀਆ ਗਰੁੱਪ ਅੱਗੇ ਜਾ ਕੇ ਇੰਨਾ ਮਤਲਬ ਨਹੀਂ ਰਿਹਾ, ਜੋ ਮਤਲਬ ਤੁਸੀਂ ਦੋਨੋਂ ਹੀ ਰਹਿ ਗਏ ਐਕਚੁਅਲ ਏ ਕੇ ਅਤੇ ਪ੍ਰੀਤ ਹੁੰਦਲ ਜੀ? ਸਮੇਂ ਸਮੇਂ ਦੀ ਗੱਲ ਹੈ ਜੀ, ਸਮਾਂ ਬੜਾ ਬਲਵਾਨ ਹੈ ਅਤੇ ਜੋ ਸਮੇਂ ਨੂੰ ਮਨਜ਼ੂਰ, ਜਿਵੇਂ ਸਮੇਂ ਨੂੰ ਮਨਜ਼ੂਰ ਆ, ਇਹਦੇ ਵਿੱਚ ਕੋਈ ਇਫ ਬਟ ਨਹੀਂ ਹੁੰਦੀ। ਹਰ ਬੰਦਾ ਆਪਣੀ ਜਗ੍ਹਾ ਸਹੀ ਹੁੰਦਾ ਤਾਂ ਹੀ ਲੜਾਈ ਹੁੰਦੀ ਆ ਜੀ। ਹਰ ਬੰਦਾ ਆਪਣੇ ਪੁਆਇੰਟ 'ਤੇ ਸਹੀ ਆ ਅਤੇ ਉਹ ਆਪਣੇ ਪੁਆਇੰਟ 'ਤੇ ਅੜੇਗਾ ਅਤੇ ਉਸ ਚੱਕਰਾਂ 'ਚ ਡਿਫਰੈਂਸਿਸ ਆ ਜਾਂਦੇ ਆ। ਹਰ ਬੰਦੇ ਦੀ ਆਪਣੀ ਸੋਚ ਧਾਰਾ ਜੀ, ਅਤੇ ਇਹਦੇ ਵਿੱਚ ਕਿਸੇ ਦਾ ਕੋਈ ਕਸੂਰ ਨਹੀਂ, ਵਕਤ ਤੇ ਹਾਲਾਤ ਹੀ ਇਦਾਂ ਦੇ ਹੋ ਜਾਂਦੇ ਆ। ਬਟ ਜੇ ਅੱਗੇ ਵਕਤ ਤੇ ਹਾਲਾਤ ਇਦਾਂ ਦੇ ਹੋਏ ਕਿ ਤੁਹਾਨੂੰ ਫਿਰ ਤੋਂ ਮੌਕਾ ਮਿਲੇ ਗਰੁੱਪ ਮਤਲਬ ਆਵੇ, ਤਾਂ ਤੁਸੀਂ ਕੰਮ ਕਰੋਗੇ ਉਹਨਾਂ ਨਾਲ, ਫਿਰ ਤੋਂ ਉਹੀ ਗਰੁੱਪ ਬਣੇਗਾ, ਬਣ ਸਕਦਾ ਹੈ? ਚਾਂਸਿਸ ਦੇਖੋ, ਚਾਂਸਿਸ ਤਾਂ ਆਲਵੇਜ਼, ਆਪਾਂ ਤਾਂ ਮੈਂ ਇਹੀ ਸੋਚੂਗਾ ਕਿ ਹਰ ਚੀਜ਼ ਪੋਜ਼ਿਟਿਵ ਹੀ ਹੋਏ ਜੀ, ਬਟ ਕੋਸ਼ਿਸ਼ ਵੀ ਇਹੀ ਹੈ ਕਿ ਹੋਏ ਜੀ। ਬਟ ਉਸ ਟਾਈਮ 'ਚ, ਉਸ ਵਕਤ 'ਤੇ, ਜਿਵੇਂ ਮੈਂ ਕਿਹਾ ਵਕਤ ਬੜਾ ਬਲਵਾਨ ਹੈ, ਉਸ ਟਾਈਮ 'ਤੇ ਕੀ ਸਿਚੁਏਸ਼ਨ ਹੈ, ਕੀ ਹਾਲਾਤ ਨੇ, ਉਹਦੇ ਅਕੋਰਡਿੰਗ ਇਹ ਅੱਜ ਦੀ ਡੇਟ 'ਚ ਨਹੀਂ ਦੱਸਿਆ ਜਾ ਸਕਦਾ ਵੀ ਕੀ ਹੋਏਗਾ ਜੀ। ਹਾਂਜੀ, ਮਤਲਬ ਚਾਂਸ ਮਿਲਦਾ ਤਾਂ ਹੋ ਸਕਦਾ ਅੱਗੇ ਜਾ ਕੇ, ਹੋ ਸਕਦਾ, ਹੋ ਸਕਦਾ।